ਕੈਨੇਡਾ ਦੇ ਸੂਬੇ ਬੀਸੀ ਵਿਖੇ 9 ਮਈ ਨੂੰ ਹੋਣ ਜਾ ਰਹੀਆਂ ਚੋਣਾਂ ਦੇ ਮੱਦੇਨਜ਼ਰ ਹਰ ਪਾਰਟੀ ਲੋਕਾਂ ਨੂੰ ਵਾਅਦਿਆਂ ਦੇ ਨਾਲ ਲੁਪਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਤਹਿਤ ਐਨਡੀਪੀ ਨੇ ਹਾਈਡਰੋ ਮੁੱਲ ਘੱਟ ਕਰਨ ਦੀ ਗੱਲ ਕਹੀ ਹੈ। ਐਨਡੀਪੀ ਲੀਡਰ ਜੌਨ ਹਾਰਗਨ ਨੇ ਕਿਹਾ ਹੈ ਕਿ ਅਸੀਂ ਹਾਈਡਰੋ ਬਿੱਲ ਘੱਟ ਕਰਕੇ ਲੋਕਾਂ ਦੀ ਇਸ ਪਰੇਸ਼ਾਨੀ ਦਾ ਹੱਲ ਕੱਢਾਂਗੇ ਤਾਂ ਕਿ ਜਨਤਾ ਰਾਹਤ ਮਹਿਸੂਸ ਕਰ ਸਕੇ। ਡੈਲਟਾ ਵਿਖੇ ਸੋਮਵਾਰ ਨੂੰ ਹਾਰਗਨ ਨੇ ਕਿਹਾ ਕਿ ਜਦ ਦੇ ਲਿਬਰਲ ਸੱਤਾ ਵਿੱਚ ਆਏ ਨੇ ਇਹ ਮੁੱਲ 87% ਤੱਕ ਵੱਧ ਗਏ ਨੇ ਅਤੇ ਕ੍ਰਿਸਟੀ ਕਲਾਰਕ ਦੇ ਸਮੇਂ ਅੰਦਰ ਹੀ ਇਹਨਾਂ ਦੇ ਵਿੱਚ 30% ਇਜ਼ਾਫਾ ਹੋਇਆ ਹੈ।